ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਜਿਹੜੇ ਭਰਾ ਬੱਕਰੀ ਪਾਲਣ ਦੇ ਸ਼ੌਕੀਨ ਹੈਗੇ ਆ ਉਹਨਾਂ ਲਈ ਅੱਜ ਦੀ ਵੀਡੀਓ ਜਿਹੜੀ ਬਹੁਤ ਘੈਂਟ ਹੋਣ ਵਾਲੀ ਆ। ਅਤੇ ਆਹ ਤੁਸੀਂ ਬੱਕਰਾ ਦੇਖ ਲਓ, ਪਛਾਣੋ ਵੀ ਕਿਹੜੀ ਬਲੱਡ ਲਾਈਨ ਦਾ ਹੋਊਗਾ, ਕਿਹੜਾ ਬੱਕਰਾ ਹੋਊਗਾ, ਹੈ ਨਾ। ਜਿਹੜੇ ਭਰਾ ਜਾਣਦੇ ਉਹ ਤਾਂ ਪਛਾਣਗੇ ਹੋਣਗੇ। ਅਤੇ ਆ ਜਾਓ, ਤੁਹਾਨੂੰ ਕਰਾਉਣੇ ਆ ਬਈ ਜਾਨਵਰ ਦੇ ਦਰਸ਼ਨ, ਰੂਹ ਖੁਸ਼ ਹੋਊਗੀ ਬਈ ਜਾਨਵਰ ਦੇਖ ਕੇ। ਆਹ ਦੇਖੋ ਬੱਕਰਾ, ਵੇਲ ਦੇਖੋ, ਕੱਦ ਕਾਠ ਦੇਖੋ, ਪਛਾਣ ਲਿਓ ਬਈ ਕਿਹੜੀ ਬਲੱਡ ਲਾਈਨ ਦਾ, ਕਰਿਓ ਕਮੈਂਟ। ਫਿਰ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿਚਕਾਰ ਦੇ ਵਿੱਚ ਵੀ ਇਹ ਬਾਈ ਕਿੱਥੋਂ ਬੱਕਰਾ ਲੈ ਕੇ ਆਇਆ ਸੀ, ਕਿਹੜੀ ਬਲੱਡ ਲਾਈਨ ਆ। ਅਤੇ ਆਪਾਂ ਆਏ ਹਾਂ ਪਿੰਡ ਮਹਿਰਾਜ ਬਾਈ ਚੈਣੇ ਕੋਲੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ ਬਾਈ? ਬਹੁਤ ਵਧੀਆ ਜੀ। ਠੀਕ ਠਾਕ ਹੋ? ਵਧੀਆ ਠੀਕ ਠਾਕ। ਕੰਮ ਕਾਰ ਕਿਵੇਂ ਆ ਬਾਈ? ਬਹੁਤ ਵਧੀਆ ਜੀ। ਚਲੋ ਬਹੁਤ ਵਧੀਆ, ਹੈ ਨਾ। ਬਾਈ ਚੈਣੇ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਇਹਨਾਂ ਦੇ ਬੱਕਰੀ ਪਾਲਣ ਦੇ ਸਫ਼ਰ ਬਾਰੇ। ਤੇ ਬਾਈ ਕਦੋਂ ਤੋਂ ਆਪਾਂ ਬੱਕਰੀ ਪਾਲਣ ਦੇ ਵਿੱਚ ਆਏ ਆ? ਇਹ ਪਹਿਲਾਂ ਜੀ ਮੇਰਾ ਭਾਈਚਾਰ ਦਾ ਸੀਗਾ। ਹਾਂਜੀ। ਤੇ ਉਦੋਂ ਬਾਅਦ ਮੈਂ ਲੱਗ ਗਿਆ ਸੀਗਾ, 14 ਸਾਲ ਦਾ ਮੈਂ ਲੱਗ ਗਿਆ ਸੀਗਾ। 14 ਸਾਲ ਦੀ ਉਮਰ ਚ ਲੱਗ ਗਏ? ਹਾਂ, ਪਹਿਲਾਂ ਮੇਰੇ ਭਾਈਚਾਰ ਦੇ ਸੀਗੇ। ਠੀਕ ਹੈ ਜੀ। ਉਦੋਂ ਬਾਅਦ ਫਿਰ ਮੈਂ ਲੱਗ ਗਿਆ ਸੀਗਾ। ਆਪਣੇ ਪਰਿਵਾਰ ਦੇ ਵਿੱਚ ਬੱਕਰੀਆਂ ਸੀਗੀਆਂ ਪਹਿਲਾਂ ਤੋਂ? ਹਾਂਜੀ, ਪਹਿਲਾਂ ਮੇਰਾ ਭਾਈਚਾਰ ਦਾ ਸੀ। ਅੱਛਾ ਜੀ। ਹਾਂਜੀ ਹਾਂਜੀ। ਤੇ ਬਾਈ ਕਿੰਨੇ ਕੁ ਜਾਨਵਰ ਰੱਖਦੇ ਹੋ ਨੇ? ਜਾਨਵਰ ਤਾਂ ਹੋਣਗੇ ਨਿੱਕੇ ਮੋਟੇ ਤਾਂ 65-70 ਨਾਲ ਹੋਣਗੇ। ਅੱਛਾ। 25-26 ਬੱਕਰੀਆਂ ਵੱਢੀਆਂ ਹੈਗੀਆਂ ਆਪਣੇ ਕੋਲੇ। ਠੀਕ। ਸਵੈਂਦਾ ਤੇ ਕੁਛ ਮਨ ਛੋਟਾ ਪੱਠਾ ਪੁੱਠਾ ਹੋ ਜਾਣਗਾ, ਕੋਈ ਸਾਲ ਦੀ, ਕੋਈ 6 ਮਹੀਨਿਆਂ ਦੀ। ਪੱਠ ਅਸੀਂ ਬਹੁਤ ਘੱਟ ਵੇਚਦੇ ਹਾਂਗੇ। ਅੱਛਾ। ਹਾਂ, ਬੱਕਰੇ ਤਾਂ ਜ਼ਿਆਦਾ ਸੇਲ ਕਰ ਦਿੰਦੇ ਹਾਂ ਜਾਂ ਬੱਕਰੀ ਸੂਈ ਵੀ ਵੇਚ ਦਿੰਦੇ ਹਾਂ। ਅੱਛਾ। ਤੇ ਪੱਠ ਬਹੁਤ ਘੱਟ ਵੇਚਦੇ ਹਾਂ ਜ਼ਿਆਦਾ। ਫਿਰ ਆਪਾਂ ਬੀਟਲ ਨਸਲ ਦੀ ਕੰਮ? ਹਾਂਜੀ, ਬੀਟਲੀ ਆ ਜੀ ਆਪਣੇ ਕੋਲੇ। ਠੀਕ ਆ ਬਾਈ। ਹਾਂਜੀ ਹਾਂਜੀ। ਤੇ ਬਾਈ ਪਰਿਵਾਰ ਦਾ ਸਹਿਯੋਗ ਕਿਵੇਂ ਰਿਹਾ ਬੱਕਰੀ ਪਾਲਣ? ਬਹੁਤ ਵਧੀਆ ਜੀ। ਬਹੁਤ ਵਧੀਆ ਰਿਹਾ? ਬਹੁਤ ਵਧੀਆ। ਠੀਕ ਆ, ਬਹੁਤ ਵਧੀਆ। ਬਾਈ ਕੋਲੇ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਆ। ਹਾਂਜੀ ਬਾਈ, ਜਿਵੇਂ ਪਹਿਲਾਂ ਦਾ ਕੰਮ ਹੁੰਦਾ ਸੀਗਾ ਇਹ ਘੱਟ ਬੱਕਰੀ ਪਾਲਣ ਦਾ, ਹਨਾ? ਨਹੀਂ, ਪਹਿਲਾਂ ਮੇਰੀ ਤਾਂ ਜਦੋਂ ਦਾ ਜ਼ਿਆਦਾ ਸ਼ੌਂਕ ਜਿਹਾ ਹੋ ਗਿਆ ਲੋਕ, ਮੇਰੀ ਤਾਂ ਜਦੋਂ ਦੀ ਸੰਭਲੀ ਆ ਬਹੁਤ ਆ ਜੀ। ਅੱਛਾ। ਪੂਰਾ ਨਹੀਂ ਆਉਂਦਾ ਜੀ ਮਾਲ। ਤੁਸੀਂ ਫਿਰ ਜ਼ਿਆਦਾ ਬੱਚੇ ਸੇਲ ਕਰਦੇ ਹੋ? ਹਾਂਜੀ, ਬੱਚੇ ਵੀ, ਬੱਕਰੀਆਂ ਵੀ ਆਪਾਂ ਕਰ ਦਿੰਦੇ ਸੇਲ। ਬੱਕਰੀਆਂ ਵੀ ਕਰਦੇ? ਹਾਂਜੀ ਹਾਂਜੀ, ਪੱਠ ਨਹੀਂ ਜਾਣੇ, ਛੋਟੇ ਨਹੀਂ ਵੇਚਦੇ। ਅੱਛਾ ਬਾਈ। ਹਾਂਜੀ ਹਾਂਜੀ। ਬੱਕਰੀਆਂ ਨੂੰ ਬਈ ਫਿਰ ਖੁਰਾਕ 'ਚ ਕੀ ਦਿੰਦੇ ਹੋ ਤੁਸੀਂ? ਖੁਰਾਕ 'ਚ ਤਾਂ ਜਿਵੇਂ ਮੂੰਗੀ ਦਾ ਭੋ ਹੋ ਗਿਆ ਜੀ। ਹਾਂਜੀ। ਜਿਵੇਂ ਕੋਈ ਆਪਣੇ ਬੱਕਰੇ ਜ਼ਿਆਦਾ ਰੱਖੇ ਹੋਏ ਇਹਨਾਂ ਨੂੰ ਛੋਲਿਆਂ ਦਾ ਭੋ ਹੋ ਗਿਆ। ਠੀਕ ਹੈ ਜੀ। ਹਾਂ, ਸਿਰਕਾ ਬੋਲਦੇ ਨੇ। ਤੇ ਉਹਦੇ 'ਚ ਮੱਕੀ ਹੋ ਜਾਂਦੀ ਹੈਗੀ, ਕਣਕ। ਹਾਂਜੀ। ਤੇ ਬਸ ਇਹੋ ਜਿਹਾ ਕੁਛ ਰਲਾ ਕੇ ਘਰੇ ਜਿਹੜਾ ਸਮਾਨ ਬਣ ਜਾਂਦਾ ਉਹ ਰਲਾ ਕੇ ਦਿੰਦੇ? ਹਾਂਜੀ ਹਾਂਜੀ, ਰਲਾ ਕੇ। ਬਾਕੀ ਚਰਾਈ ਤੇ ਜਾਂਦੀਆਂ ਬੱਕਰੀਆਂ? ਬਾਕੀ ਚਰਾਈ ਤੇ ਵੱਡੀਆਂ ਬੱਕਰੀਆਂ ਬਾਹਰ ਜਾਂਦੀਆਂ ਜੀ। ਠੀਕ ਹੈ ਬਾਈ। ਹਾਂ, ਜਿਹਨੇ ਆਹ ਵੱਡਾ ਬੱਕਰਾ ਤੇ ਕੁਛ ਆਹ ਬੱਚੇ ਰੱਖੇ ਵੇ ਆਪਣੇ, ਇਹ ਘਰੇ ਹੀ ਹੁੰਦੇ ਆ। ਬਾਈ ਜਿਵੇਂ ਅੱਜ ਕੱਲ ਬੜੇ ਬੰਦੇ ਆ ਨਵੇਂ ਬੱਕਰੀਆਂ 'ਚ ਆਏ, ਫੇਲ ਵੀ ਹੋ ਗਏ ਕਈ, ਇਸ ਕੰਮ ਨੂੰ ਮਾੜਾ ਵੀ ਕਹੀ ਜਾਂਦੇ ਆ, ਤੁਹਾਡਾ ਕੀ ਤਜਰਬਾ ਹੈਗਾ? ਨਹੀਂ ਜੀ, ਐਂ ਤਾਂ ਜੀ ਪੰਜੇ ਉਂਗਲ ਇੱਕੋ ਹੀ ਨਹੀਂ ਹੁੰਦੀਆਂ ਜੀ। ਹਾਂ, ਆਪਣੇ ਆਪਣੇ ਤਜਰਬੇ ਹੁੰਦੇ, ਆਪਦੇ ਆਪਦੇ ਹਿਸਾਬ ਹੁੰਦੇ ਆ, ਹਨਾ। ਹਾਂਜੀ, ਉਹ ਵਿੱਚ ਲੋਕਾਂ ਦੇ ਮਗਰ ਲੱਗ ਜਾਂਦੇ ਆ ਵੀ 24 ਘੰਟੇ ਮੱਕੀ ਵੀ ਨਹੀਂ ਚੱਲਦੀ ਇਹਨਾਂ ਨੂੰ। ਸਾਰਾ ਇੱਕੋ ਜਿਹਾ ਚਾਹੀਦਾ ਹੁੰਦਾ ਜੀ, ਸਾਰਾ ਕੁਝ ਜ਼ਰੂਰੀ ਆ। ਤੋਰਾ ਫੇਰਾ ਵੀ ਚਾਹੀਦਾ, ਹਨਾ। ਤੋਰਾ ਫੇਰਾ ਵੀ ਜ਼ਰੂਰੀ ਆ ਜੀ। ਤੇ ਕੱਖ ਪੱਠਾ ਵੀ ਜ਼ਰੂਰੀ ਹੈਗਾ, ਕੱਲਾ ਐ ਨਹੀਂ ਗਾ ਵੀ ਆਪਾਂ ਦਾਣੇ ਹੀ ਪਾਈ ਜਾਓ ਉਹਨਾਂ ਨੂੰ। ਠੀਕ ਹੈ ਜੀ। ਦਾਣੇ ਤਾਂ ਵੀ ਮਹਿੰਗਾਈ ਬਹੁਤ ਆ, ਫਿਰ ਸਾਨੂੰ ਤਾਂ 4 ਕੁਇੰਟਲ ਚਾਹੀਦਾ ਡੰਗ ਦੇ, ਪੂਰਾ ਨਹੀਂ ਆਉਂਦਾ, ਹਨਾ ਇੰਨਾ ਤਾਂ। ਹਾਂਜੀ ਹਾਂਜੀ। ਤੇ ਆ ਜਾਓ ਹੁਣ ਬੱਕਰੇ ਬਾਰੇ ਦੱਸਦੇ ਆ ਬਾਈ। ਬਾਈ ਪਹਿਲਾਂ ਤਾਂ ਬੱਕਰੇ ਦਾ ਦੱਸਿਓ ਸਾਰੀ ਡਿਟੇਲ, ਹਨਾ। ਇਹਦੀ ਕਿੰਨੀ ਉਮਰ ਹੋ ਗਈ ਆ ਜੀ? ਇਹ 2 ਸਾਲ ਦਾ ਹੋ ਗਿਆ ਜੀ। 2 ਸਾਲ ਇਹਦੀ ਉਮਰ ਆ। ਹਾਂਜੀ। ਤੇ ਦੰਦਾਂ ਤੋਂ ਬਾਈ? 6 ਦੰਦ ਆ ਜੀ। 6 ਦੰਦ ਆ ਜੀ, ਦਿਖਾ ਦਿੰਦੇ ਆ ਬਾਈ ਦੰਦ, ਹਨਾ, ਕੋਈ ਇਹ ਨੱਕ। ਹਾਂ, ਆਹ ਦੇਖ ਲਓ ਪੂਰੇ 6 ਦੰਦ ਆ ਬਾਈ। ਤੇ ਬਾਈ ਇਹਦੀ ਲਾਈਨ ਦੱਸਿਓ ਹੁਣ, ਕਿਹੜੀ ਲਾਈਨ ਦਾ ਬੱਕਰਾ? ਇਹ ਬਾਈ ਪੰਮੇ ਵਾਲਾ ਜੀ। ਬਾਈ ਪੰਮਾ ਸੈਦੋਕੇ? ਹਾਂਜੀ ਹਾਂਜੀ। ਠੀਕ ਹੈ ਜੀ। ਇਹ ਕਿਵੇਂ ਆਇਆ ਸੀ ਆਪਣੇ ਕੋਲੇ ਬੱਕਰਾ, ਸਾਰੀ ਹਿਸਟਰੀ ਦੱਸਿਓ ਇਹਦੀ। ਇਹ ਬਾਈ ਆਪਾਂ ਪੰਮੇ ਕੋਲੇ ਕਿਹਾ ਸੀਗਾ ਜੀ, 1 ਸਾਲ ਪਹਿਲਾਂ ਕਿਹਾ ਸੀਗਾ। ਅੱਛਾ। ਵੀ ਬਾਈ ਸਾਨੂੰ ਬੱਚਾ ਦੇ ਦੇ ਕੋਈ, ਉਹ ਕਹਿੰਦਾ ਵੀ ਹਜੇ ਨਾ, ਤੁਸੀਂ ਕਹਿੰਦਾ ਵੀ ਬੱਚਾ ਲੈਣਾ ਆਇਆ, ਸਾਡੇ ਬੱਚਾ ਮਤਲਬ ਦਾ ਹੈ ਨਹੀਂ ਗਾ ਕੋਈ, ਤੁਹਾਡੇ ਕੰਮ ਦਾ ਹੈ ਨਹੀਂ ਹਜੇ। ਹਾਂ, ਵੀ ਜਿਹੋ ਜਿਹਾ ਤੁਸੀਂ ਪਾਲਣਾ ਗਾ ਤੁਹਾਨੂੰ ਬੱਚਾ ਪੂਰਾ ਚੰਗਾ ਦੇਵਾਂਗੇ। ਅੱਛਾ ਜੀ। ਹਾਂਜੀ ਹਾਂਜੀ। ਫਿਰ ਸਾਲ ਬਾਅਦ ਬਾਈ ਨੇ ਫੁੱਲ ਵਾਲੇ ਆਪਾਂ ਨੂੰ ਮੇਲੇ ਤੇ ਕਿਹਾ ਵੀ ਕਹਿੰਦਾ ਵੀ ਬੱਚਾ ਲਿਆਓ ਜਾ ਕੇ, ਬੱਚਾ ਆ ਗਿਆ ਤੁਹਾਡੇ ਕੰਮ ਦਾ, ਹਨਾ। ਹਾਂਜੀ ਹਾਂਜੀ, ਕਹਿੰਦਾ ਵੀ ਬੱਚਾ ਆਇਆ ਖੜਾ।
ਹਾਂਜੀ ਬੱਚਾ ਲਿਆਓ ਜਾ ਕੇ, ਫਿਰ ਮੈਂ ਤੇ ਮੇਰਾ ਗੁਰੂ ਗਏ ਸੀਗੇ ਦੇਵ ਦੇਵ ਮਹਾਰਾਜ ਦੇਵ ਸਿੰਘ ਮਹਾਰਾਜ ਹਾਂਜੀ 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 ਤੇ ਬਈ ਦੋ ਬੱਚੇ ਸੀਗੇ ਜੀ ਇਹ। ਅੱਛਾ ਇੱਕ ਡੱਬੇ ਰੰਗ ਦਾ ਸੀਗਾ ਜੀ ਜਿਹੜਾ ਪੰਜਾਬ ਆ ਬਾਈ ਕੋਲੇ, ਹਾਂਜੀ ਇੱਕ ਡੱਬੇ ਰੰਗ ਦਾ ਸੀਗਾ ਇੱਕ ਨਾਗਰਾ ਸੀ, ਉਹ ਕਹਿੰਦਾ ਵੀ ਆਪਣੇ ਕੋਲ ਡੱਬੇ ਤਾਂ ਬਥੇਰੇ ਆ ਗਏ ਵੀ ਆਪਾਂ ਨਾਗਰਾ ਲੈ ਕੇ ਚੱਲਾਂਗੇ। ਠੀਕ ਹੈ ਫਿਰ ਅਸੀਂ ਨਾਗਰਾ ਕਲਰ ਲਏ ਸੀਗੇ ਜੀ। ਠੀਕ ਹੈ ਇਹ ਬਈ ਜੰਪਾਲ ਬਾਈ ਦੇ ਘਰ ਦਾ ਮੈਸੇਜ। ਹਾਂਜੀ ਹਾਂਜੀ ਜਮਾ ਜੀ ਬੱਚਾ ਆਹ ਦੇਖੋ ਬਈ ਜਿਹੜੀ ਡੇਢ ਮਹੀਨੇ ਦਾ ਸੀਗਾ ਜੀ। ਅੱਛਾ ਡੇਢ ਮਹੀਨੇ ਦਾ ਬੱਚਾ ਲਿਆ ਸੀ ਵਿੱਚ ਕਹਿੰਦੇ ਜੀ ਬੱਚਾ ਪਲਦਾ ਨਹੀਂ ਡੇਢ ਮਹੀਨੇ ਦਾ, ਸਾਨੂੰ ਭਲਾ ਜਮਾ ਜਾਲਿਆਂ ਵਾਲਾ ਚੁਕਾ ਦੇ ਅਗਲਾ। ਅੱਛਾ ਅਗਲੇ ਨੂੰ ਦੱਸ ਦਿੰਦਾ ਵੀ ਹਾਂ ਬੱਚਾ ਜਿਹਨੇ ਪਾਲਣਾ ਉਹ ਪਾਲ ਹੀ ਲੈਂਦਾ। ਹਾਂਜੀ ਹਾਂਜੀ ਠੀਕ ਹੈ ਫਿਰ ਬਈ ਕਿਵੇਂ ਤਿਆਰ ਕੀਤਾ ਇਹ? ਇਹ ਤਾਂ ਜੀ ਪੁੱਛੋ ਹੀ ਨਾ ਕਿਵੇਂ ਕਰੇ। ਅੱਛਾ ਮੰਨ ਕੇ ਜਾ ਇੱਕ ਬੇਟਾ ਮੇਰੇ ਹੈਗਾ ਇੱਕ ਭਤੀਜਾ ਮੈਂ ਦੋ ਤੀਜਾ ਬੱਚਾ ਇਹ ਹੈਗਾ। ਅੱਛਾ ਪੁੱਤਾਂ ਵਾਂਗੂ ਪਾਲਿਆ ਹਨਾ। ਜੇ ਬੱਚਿਆਂ ਨੇ ਕੋਈ ਚੀਜ਼ ਲਿਆਉਣੀ ਆ ਜਾਂ ਬਿਸਕੁਟ ਲਿਆਉਂਦੇ ਜਾਂ ਕੁਛ ਵੀ ਲਿਆਉਂਦਾ ਇਹਨੂੰ ਨਾਲ ਪਾਉਣਾ। ਅੱਛਾ ਤੇ ਬਾਕੀ ਚਾਹ ਸੀਗਾ ਵੀ ਬਾਈ ਪੰਮੇ ਤੋਂ ਲੈ ਕੇ ਆਇਆ ਹਨਾ। ਹਾਂਜੀ ਗੱਲ ਵੱਡੀ ਨਹੀਂ ਚਾਹ ਵੀ ਹੁੰਦਾ ਜੀ ਪਹਿਲਾਂ ਸਾਡੇ ਕੋਲ ਡੱਬੇ ਸੀਗੇ ਜੀ ਡੱਬੇ ਵੀ ਅਸੀਂ ਪਾਲਦੇ ਸੀ। ਅੱਛਾ ਹਾਂ ਇਕੱਲਾ ਇਹ ਨਹੀਂ ਜਬ ਇਹੀ ਲਿਆਂਦਾ ਤਾਂ ਬੱਕਰਾ ਇਹੀ ਪਾਲਿਆ। ਪਹਿਲਾਂ ਵੀ ਆਪਣਾ ਰਿਕਾਰਡ ਹੁੰਦਾ ਇੱਕ ਸਾਡਾ 10 ਮਹੀਨਿਆਂ ਦਾ ਬੱਚਾ ਮੇਰਾ ਸੀ 45 ਇੰਚ ਦਾ ਉਹ। ਅੱਛਾ ਬਈ 10 ਮਹੀਨਿਆਂ ਦਾ ਹੋ ਗਿਆ ਸੀ। ਠੀਕ ਹੈ ਉਹ ਸਾਡੇ ਕੋਲ ਆਇਆ ਸੀ ਬਾਗ ਵਾਲੀ ਬੜਾ ਲੈਣ ਦਾ। ਹਾਂਜੀ ਹਾਂਜੀ ਵੀ ਗਾਂ ਦੀ ਗਾਂ ਗੇੜੇ ਖਾ ਕੇ ਆ ਗਿਆ ਸੀਗਾ ਅਸੀਂ ਛੋਟੇ ਸੀਗਾ ਉਹ 2 ਕੁ ਮਹੀਨਿਆਂ ਦਾ ਬੱਚਾ 10 ਮਹੀਨਿਆਂ ਦਾ 45 ਇੰਚ ਹੋ ਗਿਆ ਅਸੀਂ ਹੈਗਾ ਵੀ ਚੱਲ ਛੱਡਾਂਗੇ ਹੌਲੀ ਹੌਲੀ ਉਹਨੂੰ ਅਟੈਕ ਆ ਗਿਆ ਸੀ ਬੱਕਰੇ ਨੂੰ। ਅੱਛਾ ਹਾਂਜੀ ਬਾਈ ਨੇ ਫਿਰ ਤੁਹਾਨੂੰ ਆਪ ਪਾਲਣ ਪੁੱਲਣ ਵਾਲੀ ਤਾਂ ਅਸੀਂ ਰਿਕਾਰਡ ਆ ਸਾਡਾ ਇੱਥੇ ਨੇੜੇ ਨੇੜੇ ਏਰੀਏ 'ਚ। ਠੀਕ ਹੈ ਹਾਂ ਪੁੱਛ ਲਓ ਅਗਲੇ ਕੋਲੋਂ ਜਾ ਕੇ ਬਾਈ ਜਦੋਂ ਫਿਰ ਤੁਸੀਂ ਦੇਖਣ ਗਏ ਬੱਚਾ ਬਾਈ ਨੇ ਤੁਹਾਨੂੰ ਆਪ ਕਿਹਾ ਸੀਗਾ ਤੁਹਾਨੂੰ ਐਂ ਲੱਗਿਆ ਨਹੀਂ ਵੀ ਆਪਾਂ ਹੋਰ ਲੈਣਾ? ਨਹੀਂ ਉਹਨੇ ਬੱਚਿਆਂ ਚ ਮੈਨੂੰ ਸਾਨੂੰ ਐਂ ਖੁੱਲਾ ਛੱਡਤਾ ਸੀ ਕਹਿੰਦਾ ਵੀ ਬੱਚੇ ਤੁਹਾਡੇ ਦੋ ਹੀ ਆ ਪਾਲਣ ਵਾਲੇ ਕਹਿੰਦਾ ਵੀ ਦੋਨਾਂ ਚੋਂ ਹੁਣ ਤੁਸੀਂ ਡਿਪੈਂਡ ਕਰਨਾ ਵੀ ਕਿਹੜਾ ਚੱਕਣਾ। ਅੱਛਾ ਹਾਂ ਇੱਕ ਡੱਬੇ ਰੰਗ ਦਾ ਸੀਗਾ ਇੱਕ ਸੀਗਾ ਨਾਗਰਾ। ਠੀਕ ਹੈ ਜੀ ਹਾਂ ਤੇ ਤੁਹਾਡੇ ਕੋਲੇ ਹੁਣੇ 6 ਦੰਦ ਹੋ ਗਏ ਤੇ ਬਈ ਬੱਚੇ ਬੁੱਚੇ ਆਏ ਆ ਚੋੜੇ? ਬੱਚੇ ਆ ਗਏ ਜੀ। ਕਿਵੇਂ ਆ ਰਿਜ਼ਲਟ? ਬਹੁਤ ਵਧੀਆ ਆ ਜਣੇ ਆਪਦੇ ਅਰਗੇ ਕੱਢਿਆ ਹਜੇ ਨੇ। ਠੀਕ ਦੋ ਬੱਚੇ ਆਏ ਸੀਗੇ ਆਪਦੇ ਬਾਪ ਅਰਗੇ ਦੇ ਉਹ ਵੇਖ ਕੇ ਸੀਗੇ ਬੱਚੇ। ਇਹਦੀ ਹਾਈਟ ਕਿੰਨੀ ਹੈ ਬਈ ਹੁਣ? ਹਾਈਟ ਤਾਂ ਜੀ ਮਿਣੀ ਤਾਂ ਹੈ ਨਹੀਂ ਪਰ ਹੋਊਗੀ 45 ਇੰਚ ਖੁੱਲੀ। ਹਾਂ 45 ਤੋਂ ਬਾਹਰ ਆ ਬਈ ਹਾਈਟ ਬਾਕੀ ਵੀਡੀਓ ਦੇ ਵਿੱਚ ਵੀ ਪਤਾ ਲੱਗ ਜਾਂਦਾ ਹਨਾ ਤੁਸੀਂ ਅੰਦਾਜ਼ਾ ਲਾ ਲਿਓ। ਹਾਂਜੀ ਹਾਂਜੀ ਬੱਕਰੇ ਦੀ ਲੰਬਾਈ ਦੇਖੋ ਬਈ ਕਰੀ ਮੜਾ ਟੇਢਾ ਇਹਨੂੰ ਦੇਖੋ ਬਈ ਰੂਹ ਖੁਸ਼ ਹੁੰਦੀ ਹੈ ਜਾਨਵਰ ਦੇਖ ਕੇ। ਬਾਕੀ ਸੈਦੋ ਕੇ ਬਲੱਡ ਲਾਈਨ ਦੀ ਜਿਹੜੀ ਨਿਸ਼ਾਨੀਆਂ ਹਨਾ ਤੁਸੀਂ ਦੇਖ ਬਾਈ ਨਾ ਤਾਂ ਸਾਡਾ ਪਹਿਲੀ ਬਹੁਤ ਸੀ ਕੁਛ ਬਾਈ ਨੇ ਹੋਰ ਬਣਾਤਾ ਬਾਈ ਨੇ ਬਣਾਤਾ ਹਾਂ ਚੌੜਾ ਨਾ ਤਾਂ ਸਾਡਾ ਪਹਿਲੀ ਬਹੁਤ ਸੀਗਾ। ਬਈ ਕੀ ਕੀ ਖਾਸੀਅਤ ਆ ਮੜੀ ਦੱਸੀ ਇਹਦੇ ਚ ਕੀ ਗੁਣ ਹੈਗੇ ਆਮ ਬੱਕਰਿਆਂ ਨਾਲੋਂ ਕੀ ਫਰਕ ਹੈ ਇਹਦਾ? ਆਮ ਬੱਕਰਿਆਂ ਨੂੰ ਇੱਕ ਤਾਂ ਜੀ ਸੀਲ ਬਹੁਤ ਆਈ ਇਹ। ਠੀਕ ਹੈ ਠੰਡਾ ਸੁਭਾਅ ਦਾ। ਹਾਂਜੀ ਹਾਂਜੀ ਬਾਕੀ ਬਾਈਕ ਵਾਲੇ ਬਲੱਡ ਲਾਈਨ ਦੀ ਤਾਂ ਉਹੀ ਖਾਸਤ ਆ ਗਈ ਇਹ ਸੀਲ ਬਹੁਤ ਆ ਗਈ। ਨਾ ਤਾਂ ਇਹ ਬੱਕਰੇ ਨੂੰ ਮਾਰਨ ਆਏ ਜਿਵੇਂ ਫਿਰਦੇ ਹੁਣ ਇਹ। ਅੱਛਾ ਨਹੀਂ ਜੇ ਮੰਨ ਕੇ ਹੋਰ ਬੱਕਰਾ ਛੱਡਿਆ ਹੁੰਦਾ ਦੋ ਤਿੰਨਾਂ ਦੀਆਂ ਲੱਤਾਂ ਤੋੜ ਦਿੰਦਾ ਇਹਨਾਂ ਨੂੰ। ਆ ਹੁਣ ਬੈਠੇ ਸੀਗੇ ਨਾ ਤੁਸੀਂ ਆਏ ਸੀਗੇ ਹਾਂ ਨਹੀਂ ਉੱਪਰੇ ਬੰਦੇ ਵਿੱਚ ਹੀ ਵੱਜੀ ਜਾਂਦੇ ਹਨ। ਹਾਂਜੀ 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 ਠੀਕ ਹੈ ਹੱਡਾਂ ਪੈਰਾਂ ਦਾ ਬਹੁਤ ਖੁੱਲਾ ਬਈ ਦੇਖੋ। ਹਾਂਜੀ 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 ਗੋਡੇ ਦੇਖੋ ਬੱਕਰੇ ਦੇ ਹਨਾ। ਹਾਂਜੀ ਹਾਂਜੀ ਤੇ ਬਾਕੀ ਟੈਸਟੀਕਲ ਦੀ ਕੁਆਲਿਟੀ ਦੇਖ ਲਓ। ਹਾਂਜੀ ਹਾਂਜੀ ਇਹ ਫੁੱਲੇ ਵਾਲੇ ਪਹਿਲੇ ਨੰਬਰ ਤੇ ਆਏ ਜੀ ਫੁੱਲੇ ਵਾਲ ਮੇਲੇ 'ਚ ਪਹਿਲੇ ਨੰਬਰ ਤੇ ਆਇਆ ਸੀਗਾ। 80 ਬੱਕਰਿਆਂ 'ਚੋਂ ਆਇਆ ਸੀਗਾ ਜੀ। ਅੱਛਾ ਬਈ ਉਦੋਂ ਕਿੰਨੇ ਦੰਦ ਸੀਗਾ? ਉਦੋਂ ਵੀ ਇਹ 6 ਦੰਦ ਹੀ ਸੀਗਾ ਜੀ। ਅੱਛਾ ਹਾਂ ਮੰਨ ਕੇ ਚੱਲੋ ਬਾਈ ਨੂੰ ਮੈਂ ਪੁੱਛਿਆ ਸੀਗਾ ਇਹਨੇ ਪਹਿਲਾਂ ਸਾਰੇ ਦੰਦ ਝਾੜ ਕੇ ਮਖਾ ਵੀ ਬਾਲਿਆ ਸੀ ਦੰਦ ਚੱਕ ਗਿਆ। ਅੱਛਾ ਬਾਈ ਕਹਿੰਦਾ ਵੀ 2-4 ਕਹਿੰਦਾ 6 ਐਂ ਚੱਕੂਗਾ ਕਹਿੰਦਾ ਜਦੋਂ ਬਾਅਦ ਵਾਲੇ ਚੱਕਣ ਲੱਗੇ ਕਹਿੰਦਾ ਬਹੁਤ ਲੇਟ ਕਰਨੇ ਆ ਕਹਿੰਦਾ ਬਹੁਤ ਲੇਟ ਕਰੂਗਾ। ਹਾਂ ਕਹਿੰਦਾ ਇਹ ਨਹੀਂ ਪਤਾ ਵੀ ਇਹਨਾਂ 8-9 ਮਹੀਨੇ ਬਾਅਦ ਕੱਢੇ ਕਿਹੜਾ ਬਈ ਕੀ ਲੱਗਦਾ ਤੁਹਾਨੂੰ ਹਾਈਟ ਕਿੱਥੋਂ ਤੱਕ ਜਾਊਗੀ ਇਹਦੀ? ਹੈਡ ਤਾਂ ਹੀ ਦੇਖੋ ਜੀ ਹੋਰ ਕਰਨੀ ਚਾਹੀਦਾ 2-3 ਇੰਚੀ ਤਾਂ। ਹਾਂ ਜਾਊਗਾ 48 ਧੂੜੀ ਦਾ ਆਰਾਮ ਨਾਲ। ਹਾਂਜੀ ਹਾਂਜੀ ਬਾਕੀ ਸੇਵਾ ਸੀ ਰੋਕੀ ਰੱਖਦੇ ਆ ਹੁਣ ਇਹਦੀ। ਅੱਛਾ ਫਿਰ ਬੱਕਰੀ ਨਹੀਂ ਲਾਉਂਦਾ ਜੀ ਇਹਨੂੰ? ਫਿਰ ਮਾਲ 'ਚ ਛੱਡ ਦਿਓ ਕਿ ਨਹੀਂ? ਨਹੀਂ ਮਾਲ 'ਚ ਨਹੀਂ ਘਰੇ ਰਹਿੰਦਾ? ਘਰੇ ਰਹਿੰਦਾ ਜੀ। ਘਰੇ ਫਿਰ ਇਹਨੂੰ ਕੀ ਦਿੰਦੇ ਹੋ ਬਈ ਖਾਣ ਨੂੰ? ਘਰੇ ਤਾਂ ਬਸ ਬੇਰੀ ਹੋ ਗਈ ਜੀ ਬੇਰੀ ਤੇ ਅਰਜਣਾ ਬਾਕੀ ਸਵੇਰ ਸ਼ਾਮ ਦਾਣੇ ਪਾ ਦਿੰਦੇ ਹੋ? ਸਵੇਰ ਸ਼ਾਮ ਨਾ ਮੈਂ ਘੰਟਾ ਇਹਨੂੰ ਘੰਟੇ ਸ਼ਾਮ ਨੂੰ ਸ਼ਾਮਣਾ ਬਈ ਤੋੜ ਕੇ ਦਿਖਾਇਓ ਮੜਾ ਜਾ ਐ ਨਹੀਂਗਾ ਵੀ ਬਈ ਬੱਕਰੇ ਲੱਤ ਕੱਢ ਜਾਣਗੇ ਨਾ ਜੀ ਨਾ ਜਾਂ ਚਾਲਦੇ ਹਨਾ। ਦੇਖੋ ਤੁਸੀਂ ਹੱਡਾਂ ਪੈਰਾਂ ਦਾ ਬੱਕਰਾ ਟੈਸਟੀਕਲ ਦੇਖੋ ਬਹੁਤ ਹੀ ਘੈਂਟ ਚੀਜ਼ ਆ ਬਈ ਹਨਾ।
ਬਾਈ ਫਿਰ ਆਉਂਦੇ ਹੋਣਗੇ ਤੁਹਾਡੇ ਕੋਲ ਹੁਣ ਤਾਂ ਲੋਕ ਦੂਰ ਬਹੁਤ ਯਾ ਹੁਣ 2 ਮਿੰਟ ਹੀ ਹੋਇਆ ਫੋਨ ਕੱਟੇ। ਅੱਛਾ ਬੱਚੇ ਬੁੱਚੇ ਹੁਣ ਰੇਟ ਦਾ ਫਰਕ ਪਿਆ, ਬਲੱਡ ਲਾਈਨ ਦੇ ਹਿਸਾਬ ਨਾਲ ਮਹਿੰਗੇ ਵਿਕਦੇ ਆ? ਨਹੀਂ ਜੀ, ਬੱਚਾ ਤਾਂ ਅਸੀਂ ਪਹਿਲਾਂ ਵੀ ਮੰਨ ਕੇ ਉੱਥੇ ਹੀ ਵੇਚਦੇ ਰਹੇ ਤੇ ਹੁਣ ਵੀ ਉੱਥੇ ਹੀ ਵੇਚਦੇ ਆ। ਅੱਛਾ, ਜਾਣੇ ਬਾਲਾ ਨਹੀਂ ਅਸੀਂ ਗੱਲ ਕੋਟ ਦੇ ਗਏ। ਠੀਕ ਆ, ਨਹੀਂ ਬੱਚਾ ਤਾਂ ਪਹਿਲਾਂ ਹੀ ਮੰਨ ਕੇ ਚੱਲ 20 ਤੋਂ 25 ਹਜ਼ਾਰ ਤਾਈਂ ਅਸੀਂ ਵੇਚੀ ਗਏ। ਕਿੰਨੇ ਟਾਈਮ ਦਾ ਵੇਚ ਦੋ ਬੱਚਾ? ਬਸ 2 ਕੁ ਮਹੀਨੇ ਦੇ ਐਸਟੀਮੇਟ ਆਉਂਦਾ ਜੀ, ਉਦੋਂ ਬਾਅਦ ਅਸੀਂ ਦੁੱਧ ਤੇ ਲਾ ਦਿੰਦੇ ਨਾਲ ਦੀ ਨਾਲ ਬੱਕਰੀ। ਅੱਛਾ, ਜਿਹੜਾ ਕੋਈ ਬੱਚਾ 1-2 ਰੱਖਣੇ ਆ ਬਸ ਰੱਖ ਕੇ ਬਾਕੀ ਸਾਰੇ ਵੇਚ ਦਿੰਦੇ। ਠੀਕ ਆ ਬਈ, ਜਾਂ ਕੋਈ ਪੱਠਾਂ ਹੋਊਗਾ, ਪੱਠਾਂ ਤਾਂ ਮਨ ਵੇਚਣੀਆਂ ਨਹੀਂ ਹੁੰਦੀਆਂ। ਅੱਛਾ, ਪੜਦਾ ਜਰੂਰੀ ਜੇ ਕੋਈ ਉਹੀ ਮੂਲਾਂ ਜਿਆਦਾ ਕੋਈ ਗੱਲ ਪੈ ਜੇ ਆ ਕੇ, ਜਿਵੇਂ ਕਹਿਤਾ ਵੀ ਇਹ 10,000 ਦੀ ਅਸੀਂ 15 ਦਿੰਨੇ ਆਗੇ, ਹਾਂ ਉਹ ਤਾਂ ਬਣਾ ਦੇ ਦਈਏ, ਨਹੀਂ ਉਹ ਨਹੀਂ ਦਿੰਦੇ ਸੀ। ਠੀਕ ਹੈ, ਇਹਦੇ ਬਈ ਰਿਜ਼ਲਟ ਦਿਖਾਇਓ ਜੇ ਹੈਗੇ ਤਾਂ ਬੱਚੇ। ਹਾਂਜੀ, ਰਿਜ਼ਲਟ ਦਿਖਾਇਓ ਰਿਜ਼ਲਟ ਇਹਦਾ, ਹਨਾ ਦੇਖੋ ਬਈ, ਕਮੈਂਟ ਕਰਿਓ ਜ਼ਰੂਰ ਜੇ ਜਾਨਵਰ ਸੋਹਣਾ ਲੱਗਿਆ। ਬਾਈ ਦਾ ਨੰਬਰ ਵੀ ਦੇਵਾਂਗੇ ਕਿਸੇ ਨੇ ਬੱਚਾ ਕੋਈ ਲੈਣਾ, ਹਨਾ ਬਈ। ਕ੍ਰੋਸਿੰਗ ਤੇ ਵੀ ਛੱਡ ਦਿਓ? ਹਾਂਜੀ, ਬੱਕਰਾ ਛੱਡ ਦਿਓ? ਨਹੀਂ ਜੀ, ਕ੍ਰੋਸਿੰਗ ਤੇ ਨਹੀਂ ਛੱਡ, ਕ੍ਰੋਸਿੰਗ ਤੇ ਨਹੀਂ ਬਾਈ, ਹੋਰੀ ਛੱਡ ਦੇ। ਜੇ ਕਿਸੇ ਨੇ ਕੋਈ ਬੱਚਾ ਲੈਣਾ ਤਾਂ ਜ਼ਰੂਰ ਦੇਣਗੇ। ਹਾਂਜੀ, ਬੱਚਾ ਆਹ ਦੇਖੋ ਬਈ, ਰਿਜ਼ਲਟ ਦੇਖੋ ਹੁਣ, ਲਓ ਕਰੋ ਦਰਸ਼ਨ ਬਈ ਜਾਨਵਰ ਦੇ। ਦੱਸੀ ਬਾਈ ਬੱਚੇ ਬਾਰੇ? ਇਹ 4 ਮਹੀਨੇ ਦਾ ਹੋ ਗਿਆ ਜੀ। 4 ਮਹੀਨੇ ਦਾ ਬੱਚਾ ਬਈ, ਬੱਚਾ ਹੀ ਹੈ। ਤੇ ਆਹ ਦੇਖੋ ਦੁੱਧ ਵਾਲਾ ਕੱਚਾ ਖੀਰਾ, ਦੁੱਧ ਵਾਲੇ ਦੰਦਾਂ, ਤੇ ਬੱਚੇ 'ਚ ਕੁਆਲਿਟੀਆਂ ਦੇਖੋ, ਹਨਾ। ਘਰ ਦੀ ਬੱਕਰੀ ਦਾ ਹੀ ਬਈ? ਹਾਂਜੀ, ਇਹ ਘਰ ਦੀ ਪੜਦਾ ਜੀ। ਆਹ ਦੇਖੋ 4 ਮਹੀਨੇ ਦਾ ਬੱਚਾ, ਪੂਰਾ ਸਹੀ, ਇਹ ਨੀ ਗਾ ਵੀ ਬਾਈ ਨੇ ਝੂਠ ਮਾਰਨਾ ਕੋਈ, ਹਨਾ। ਇਹ ਵੇਚਣਾ ਨੀ ਗਾ ਬੱਚਾ, ਵੀ ਰੱਖਿਆ ਹੋਇਆ? ਰੱਖੇ ਪਿਆ ਜੀ, 2 ਬਰੀਡ ਰੱਖੇ ਪਿਆ, ਬਾਕੀ ਦਿਖਾ ਦਾਂਗੇ ਤੁਹਾਨੂੰ ਵੇਚਣ ਵਾਲੇ ਵੀ। ਠੀਕ ਹੈ ਜੀ, ਬਹੁਤ ਸੋਹਣਾ ਰਿਜ਼ਲਟ ਆਇਆ ਬਈ। ਦੂਜਾ ਬੱਚਾ ਵੀ ਦਿਖਾ ਦਿਓ ਬਈ, ਹਨਾ। ਟੈਸਟੀਕਲ ਦੇਖੋ ਬਈ, ਬੱਚੇ ਦੇ ਲੰਬਾਈ ਦੇਖੋ, ਮਿਲਦਾ ਬਈ ਇਹ ਪਿਓ ਨਾਲੋਂ ਵੀ ਉੱਚਾ ਜਾਊਗਾ ਇਹ। ਹਾਂਜੀ, ਹਨਾ ਦੇਖੋ ਬਈ, ਪੈਰ ਦੇਖੋ ਜੀ ਹੁਣ, ਪੈਰ ਦੇਖੋ, ਬਾਕੀ ਕਿਸੇ ਪਾਸੋਂ ਬਈ ਕੋਈ ਕਮੀ ਨਹੀਂ ਬਈ। ਅੱਖ ਦਾ ਨਹੀਂ ਵਹਿਮ ਕੀਤਾ ਕਦੇ? ਨਹੀਂ, ਅੱਖ ਦਾ ਚਿੱਟੀ ਆ, ਉਹ ਤਾਂ ਬਾਈ ਨੇ ਸਾਨੂੰ ਪੰਮੇ ਦਾ ਦੱਸਿਆ ਬਈ, ਆਪਣੇ ਕੋਲੇ ਅੱਖ ਵਾਲਾ ਹੁੰਦਾ ਬਈ। ਆਹ ਵੀ ਬੱਚਾ ਫੜ ਕੇ ਨਾਲ ਖੜੀ, ਲਓ ਹੁਣ ਆਹ ਦੇਖੋ ਬਈ, ਅਗਲਾ ਬੱਚਾ ਦੇਖੋ ਤੁਸੀਂ, ਇਹਦੀ ਉਮਰ ਦੱਸਿਓ ਬਈ ਕਿੰਨੀ ਆ? ਇਹ ਹੋਊਗਾ ਜੀ 5.5 ਮਹੀਨੇ ਦਾ, 5 ਮਹੀਨੇ ਦਾ, 5.5 ਮਹੀਨੇ ਦਾ, 5.5 ਮਹੀਨੇ ਦਾ। ਹਾਈਟ ਹੂਟ ਬਹੁਤ ਕਰ ਗਿਆ, ਹਨਾ। ਹਾਂਜੀ, ਨੱਕ ਇਹਦੀ ਤਾਂ ਹੈਗੀ ਆ 35-36 ਇੰਚ ਹੁਣ। ਆਹ ਦੇਖੋ 5 ਮਹੀਨਿਆਂ ਦੇ ਬੱਚੇ ਦੀ 35-36 ਹਾਈਟ ਆ, ਬਾਕੀ ਬਈ ਗੋਡੇ ਦੇਖੋ, ਹਨਾ, ਲੱਤਾਂ ਦਾ ਦੇਖੋ ਕਿੰਨਾ ਮੋਟਾ ਬੱਚਾ, ਨਾਕਣ ਕੌੜਾ ਪੂਰਾ ਚੰਗਾ ਬਈ, ਕੰਨ ਵੀ ਬਹੁਤ ਲੰਮੇ ਇਹਦੇ ਤਾਂ, ਹਨਾ। ਹਾਂਜੀ ਹਾਂਜੀ, ਸਿੰਗ ਸੁੰਗ ਬਹੁਤ ਚੰਗਾ ਦੇਖੋ, ਸਿੰਗ ਦੀ ਕੁਆਲਿਟੀ ਦੇਖੋ, ਹਨਾ। ਇਹ ਵੀ ਬਈ ਸੇਲ ਆ ਕੇ ਰੱਖਿਆ? ਨਹੀਂ, ਆ ਦੋਨੇ ਬੱਚੇ ਰੱਖੇ ਹੋਏ, ਇਹ ਦੋਨੇ ਬੱਚੇ ਰੱਖੇ ਹੋਏ ਆ ਜੀ। ਹਾਂਜੀ, ਹੋਰ ਹੁਣ ਆਪਣੇ ਕੋਲ ਕੋਈ ਹੈਗੇ ਬੱਚੇ ਸੇਲ ਵਾਸਤੇ? ਬੱਚੇ ਆ ਹੈਗੇ ਜੀ, ਆ ਦਿਖਾਉਣੇ ਤੁਹਾਨੂੰ। ਇਹ ਵੀ ਬਈ ਇਸੇ ਬੱਕਰੇ? ਹਾਂਜੀ ਹਾਂਜੀ, ਸਿਰੇ ਆਪਾਂ ਛੱਡਦੇ ਨਹੀਂ ਦੂਜਾ ਬੱਚਾ। ਲਓ ਬਈ ਕਰੋ ਦਰਸ਼ਨ ਬਈ, ਆਹੀ ਰੰਗ ਆ ਬਈ ਸਾਰੇ ਬੱਚਿਆਂ ਦਾ ਬਈ, ਇਹ ਆਪਦੇ ਦੀ ਲਗਿਆ ਬੱਚੇ ਸਾਰੇ, ਹਨਾ। ਇਹ ਬਈ ਕਿੰਨੀ ਉਮਰ ਦਾ? 3 ਮਹੀਨੇ ਦਾ ਜੀ। 3 ਮਹੀਨੇ ਦਾ, ਇਹ ਸੇਲ ਕਰ ਦਿਓਗੇ? ਹਾਂਜੀ। ਲਓ ਬਈ, ਜਿਹੜੇ ਭਰਾ ਨੇ ਲੈਣਾ ਹੈਗਾ ਬੱਚਾ ਬਈ ਪੰਮੇ ਵਾਲੀ ਲਾਈਨ ਦਾ, ਤੇ ਬਈ ਚੈਣੇ ਕੋਲੇ ਆਹ ਬੱਚਾ ਸੇਲ ਆ ਬਈ, ਨੰਬਰ ਦੱਸ ਦਿਓ ਆਪਣਾ। 90413 ਜੀ। ਹਾਂਜੀ, 41770। 90413 41770। ਹਾਂਜੀ, ਨੰਬਰ ਤਾਂ ਬਾਈ ਵਿੱਚ ਤਾਂ ਜਾਣਦੇ ਹੋਣਗੇ। ਹਾਂ, ਜਾਣਦੇ ਆ ਬਈ, ਜਿਹੜੇ ਬੱਕਰੀਆਂ ਵਾਲੇ ਸਾਰੇ ਜਾਣਦੇ ਆ ਬਈ। ਆ ਜਾਂਦਾ ਕੋਈ ਨਵਾਂ, ਚਲ ਫੇਰ ਵੀ ਚੱਲ ਬਈ। ਹੋਰ ਵੀ ਬੱਚੇ ਹੈਗੇ ਆ ਵੀ ਬਈ? ਹਾਂ, 2 ਭਾਈ ਐ। ਆਹ ਬੱਚੇ ਵੀ ਬਾਈ ਸੇਲ ਕਰ ਦੂਗਾ, ਇਸੇ ਬੱਕਰੇ ਦੇ ਆ ਬਈ। ਹਾਂ, ਬੱਕਰੇ ਇਸੇ ਦੇ, ਬੱਕਰੀ ਮੱਖੀ ਚੀਨੀ ਹੈਗੀ। ਲਓ ਜੀ, ਕਰੋ ਦਰਸ਼ਨ, ਜਿਹੜੇ ਮੱਖੀ ਚੀਨੀਆਂ ਦੇ ਸ਼ੌਕੀਨ ਆ ਬਾਈ ਨਾਲ ਸੰਪਰਕ ਕਰ ਲਿਓ, ਬੱਚੇ ਦੀ ਕੁਆਲਿਟੀ ਦੇਖ ਲਓ, ਪੂਰੇ ਪਲੇ ਹੋਏ ਬੱਚੇ ਆ, ਵੀ ਇਹ ਨਹੀਂ ਬਈ ਰੁਕੇ ਹੋਣਗੇ, ਗਰੋਥ ਪੂਰੀ ਆ। ਅਸੀਂ ਬਾਲਾ ਛੋਟਾ ਬੱਚਾ ਵੇਚਦੇ ਨਹੀਂਗੇ। ਠੀਕ ਆ, ਹੁਣ ਇਹ ਬੱਚੇ ਨੂੰ ਫੀਡ ਤੇ ਲਾ ਲਓ, ਪੱਠਿਆਂ ਤੇ ਲਾ ਲਓ, ਹਾਂਜੀ, ਦਾਣੇ ਦੋਣੇ ਖਾ ਲਓ, ਹਾਂ ਟਾਹਣੀ ਤੇ ਲਾ ਲਓ, ਜਿਵੇਂ ਮਰਜ਼ੀ ਤਿਆਰ ਕਰ ਲਓ। ਰੇਟ ਬਈ ਫਿਰ ਫੋਨ ਤੇ ਦੱਸੋਗੇ? ਫੋਨ ਤੇ ਹੋ ਜੂਗਾ ਜੀ। ਲਓ ਜੀ, ਬਾਈ ਨੇ ਪਹਿਲਾਂ ਹੀ ਦੱਸਿਆ ਵੀ ਅਸੀਂ ਬਾਲਾ ਗੱਲ ਨਹੀਂ ਵੱਢਦੇ, ਜਿਹੋ ਜਿਹਾ ਜਾਨਵਰ ਹੋਊਗਾ ਉਹੋ ਜਿਹਾ ਰੇਟ ਹੋਊਗਾ। ਲਓ ਬਈ, ਕਰੋ ਦਰਸ਼ਨ, ਬਹੁਤ ਹੀ ਸੋਹਣੀ ਕੁਆਲਿਟੀ ਆ ਬੱਚਿਆਂ ਦੀ ਮੱਖੀ ਚੀਨੇ ਦੇ ਵਿੱਚ। ਲਓ ਬਈ ਬਈ, ਹੋਰ ਕੋਈ ਗੱਲਬਾਤ ਕਹਿਣੀ ਚਾਹੋ ਤੁਸੀਂ ਬੱਕਰੇ ਬਾਰੇ ਜਾਂ, ਹਨਾ ਬਈ ਪੰਮੇ ਬਾਰੇ,
ਤੁਸੀਂ ਜਾਨਵਰ ਲੈ ਕੇ ਆਏ ਹੋ? ਬਾਈ ਪੰਮੇ ਦਾ ਬਹੁਤ ਵਧੀਆ ਸੁਭਾਅ ਜੀ, ਐਂ ਕਾ ਬਰਿਆਂਗੋ ਨਹੀਂ ਬਾਈ ਬੋਲਦਾ, ਜਮੀ ਜੇ ਕੋਈ ਬੰਦੇ ਨੇ ਸਵਾਲ ਵੀ ਪੁੱਛਣਾ ਜਾਂ ਕੋਈ ਬਾਈ ਐਂ ਆਹ ਚੀਜ਼ ਆ ਗਈ ਆਹ ਚੀਜ਼ ਆ ਗਈ। ਅੱਛਾ ਹਾਂ ਠੀਕ ਹੈ ਜੀ, ਹਾਂ ਛੋਟੇ ਭਾਈ ਵੱਡੇ ਭਾਈ ਬਸ ਬਾਕੀ ਬਾਈ ਤਾਂ ਹੀ ਬੰਦੇ ਜੀ ਇੱਥੋਂ ਤਾਂ ਹੀ ਪਹੁੰਚੇ ਆ ਉਹ। ਹਾਂ ਸਹੀ, ਸਾਨੂੰ ਵੀ ਆਹੀ ਉਹਨਾਂ ਦਾ ਉਹ ਹੈਗਾ ਵੀ ਤੁਸੀਂ ਬੰਦੇ ਨਾਲ ਸਹੀ ਗੱਲ ਕਰੋ ਅਗਲੇ ਨਾਲ, ਵੀ ਖਬਰ ਉਹਨਾਂ ਨੇ ਦਸਾਂ ਕੋਲੇ ਹੋਰ ਦੱਸਣਾ ਜਾ ਕੇ ਦੱਸਣਾ ਵੀ ਅਗਲੇ ਨਾਲ ਗਰਮ ਨਾ ਉਹ। ਠੀਕ ਹੈ, ਹਾਂ ਮਾਣ ਨਾ ਕਰੋ ਜਾਨਵਰ ਦਾ, ਮਾਣ ਨਾ ਕਰੋ ਜੀ, ਚੰਗਾ ਆ ਗਿਆ ਸ਼ੁਕਰ। ਹੁਣ ਇੱਥੇ ਆਪਣੇ ਏਰੀਏ ਚ ਹੈਗਾ ਨਹੀਂ, ਆਪਾਂ ਉਹ ਮਾਣ ਵਾਲੀ ਤਾਂ ਗੱਲ ਹੀ ਨਹੀਂ ਆਪਣੇ ਕੋਲ। ਹਾਂ ਬਾਕੀ ਬਈ ਜਿਹੜੇ ਇਹੋ ਜਿਹੇ ਜਾਨਵਰ ਹਨ, ਇਹੋ ਜਿਹੇ ਕੱਦ ਵਿੱਢ ਦੇ, ਬਹੁਤ ਹੀ ਘੱਟ ਬੱਕਰੇ ਹੁੰਦੇ ਆ ਬਈ, ਚੋਣਵੇਂ ਬੱਕਰੇ ਹੁੰਦੇ ਆ। ਹਾਂਜੀ ਹਾਂਜੀ, ਬੱਕਰੇ ਬਹੁਤ ਚੰਗੇ ਤੋਂ ਚੰਗੇ ਪਏ ਆ, ਪਰ ਜਿਹੜਾ ਵਜਨ ਆ ਬਈ, ਜੇ ਇਹਦੀ ਪੂਰੀ ਫੁੱਲ ਸੇਵਾ ਕਰਨੀ ਹੋਵੇ, ਬੱਕਰੀਆਂ ਦੇ ਨਾ ਛੱਡਣਾ ਹੋਵੇ, ਮੇਰੇ ਹਿਸਾਬ ਨਾਲ ਬੱਕਰਾ ਇਹ 2 ਕੁਇੰਟਲ ਤੋਂ ਵੀ ਬਾਹਰ ਜਾਊਗਾ। ਮੈਂ ਕਹਿੰਦਾ 3 ਤੇ, 3 ਤੇ ਜਾਊਗਾ ਹਨਾ, 1.5 ਕੁਇੰਟਲ ਦਾ ਹੁਣ ਹੋਊਗਾ, ਹੁਣ ਹੋਊਗਾ ਬਈ 1.25 ਕੁਇੰਟਲ ਦਾ। ਜਿਵੇਂ ਬਾਈ ਪੰਮਾ ਕਹਿੰਦਾ ਹੁੰਦਾ ਵੀ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ, ਜਿਹੜੇ ਬਾਈ ਨੂੰ ਕਹਿੰਦੇ ਹੁੰਦੇ ਚੱਲਿਆ ਕਾਰਤੂਸਾ, ਤੇ ਆਹ ਹੁਣ ਦੇਖ ਲਓ। ਨਹੀਂ ਨਹੀਂ ਜੀ, ਚੱਲੇ ਤਾਂ ਇਹੋ ਜਿਹੇ ਬੱਕਰੇ ਖੱਸੀ ਕਰਾਉਣੇ ਹੋਣ ਤਾਂ ਬਈ ਕੋਈ ਅੰਤ ਹੀ ਨਹੀਂ ਹਨਾ, ਵੇਟ ਦੀ ਮਰਜ਼ੀ, ਫਿਰ ਤਾਂ ਆਪਣਾ ਵੇਟ ਤੋਂ ਲੈ ਕੇ ਨਹੀਂ ਉੱਠਿਆ ਜਾਣਾ। ਲਓ ਬਈ ਧੰਨਵਾਦ ਬਾਈ, ਹੁਣ ਵਿੱਚ ਬਥੇਰੇ ਰਾਸਤਾ ਨਹੀਂ, ਬਹੁਤ ਫੋਨ ਕਰਦੇ ਆਗੇ। ਅੱਛਾ, ਉਹ ਬਸ ਐਸਟੀਮੇਟ ਜੇ ਨਾ ਬਾਈ ਤੁਹਾਡੇ ਏਰੀਏ ਚ ਕੋਈ ਬੱਕਰਾ ਭਾਰੀ ਖੜਾ ਹੋਵੇ। ਅੱਛਾ ਅੱਛਾ, ਉਹ ਕਹਿੰਦੇ ਨੇ ਕੀ ਆ ਕੋਈ ਇਹੀ ਕਹਦੇ ਵੀ ਮੇਰੇ ਵਾਲੇ ਦੇ ਕਹਦੇ। ਹਾਂ ਇਹਦਾ, ਪਰ ਅਸੀਂ ਕਹਿੰਦੇ ਨਹੀਂ, ਆਏ ਹੋਣਗੇ ਕੋਈ ਲੈਣ ਵਾਲੇ ਜਾਂ ਰੇਟ ਲਾਇਆ ਉਹ ਤੁਹਾਨੂੰ ਕਿਸੇ ਨੇ? ਬਹੁਤ ਜੀ, ਉੱਥੇ ਆਪਾਂ ਨੂੰ ਇੰਦਗੜ ਮੇਲੇ ਤੇ ਕਹਿੰਦੇ ਸੀ ਵੀ ਤੂੰ ਮੁੱਲ ਮੰਗਾ 15 ਲੱਖ 20 ਲੱਖ, ਵੀ ਤੂੰ ਕਿੱਥੇ ਦਾ ਖੜੇਂਗਾ ਜੀ। ਮੈਂ ਕਿਹਾ ਵੀ ਇਹ ਵੇਚਣਾ ਨਹੀਂ, ਇਹ ਤਾਂ ਆਪਣਾ ਬਸ ਪੋਤੀ ਆ ਗਿਆ, ਨਾ ਦੇਖ ਲਓ ਇਹਦਾ ਵੇਚਣਾ ਜੀ, ਬੱਚਾ ਭਲਾ ਆਪਾਂ ਸੇਲ ਕਰ ਦਈਏ ਕੋਈ, ਠੀਕ, ਪਰ ਇਹਨੂੰ ਨਹੀਂ ਆਪਾਂ ਵੇਚਣਾ, ਜਮੀ ਨਹੀਂ ਵੇਚਣਾ ਅੱਜ ਵੀਡੀਓ ਚ ਕਹਿੰਦੇ ਆ। ਪਰ ਆਪਣੇ ਕੋਲ ਚੱਲ ਜਿੰਨੀ ਇਹਦੀ ਏਜ ਆ, ਉਦੋਂ ਬਾਅਦ ਵੀ ਪੁੱਛਣਾ, ਉਮਰ ਭੋਗ ਕੇ ਜਾਊਗਾ। ਹਾਂ ਦੇਖੋ ਬਈ ਕੁਆਲਿਟੀ ਦੇਖੋ ਤੁਸੀਂ, ਨਹੀਂ ਐ ਬੱਚਾ ਖੜਦਾ ਨਹੀਂ ਲੈ ਜਾਵਾਂ, ਫੜਾ ਕੇ ਦੇਖੋ ਚਲਾ ਕੇ ਮਾਰ ਦੇ ਦੀ। ਆਪਾਂ ਵੀ ਬਹੁਤ ਵੀਡੀਓ ਬਣਾਈ ਹੈ ਹਨਾ, ਬਹੁਤ ਠੰਡਾ ਜਾਨਵਰ। ਹਾਂ ਹਾਂ, ਜਮੀ ਨਹੀਂ ਉਸ, ਇਹ ਮੇਰਾ ਭਤੀਜਾ ਹੈ। ਠੀਕ ਹੈ ਬਈ, ਹਾਂ ਬੱਚਿਆਂ ਨੂੰ ਵੀ ਹੈਗਾ ਸ਼ੌਂਕ ਅੱਗੇ? ਫਿਰ ਬਹੁਤ ਆ ਜੀ, ਲੜਕੇ ਭੇਜਦੇ ਸੁਭਾ ਜੀ ਉਹਨੂੰ, ਬੱਚੇ ਨੂੰ ਮੇਰੇ ਨੂੰ ਬਈ। ਜਿਹੜੀ ਨਸਲ ਆ ਜਿਵੇਂ ਤੁਹਾਡੇ ਕੋਲੇ ਆ ਗਈ ਹਨਾ, ਕਰਮਾਂ ਨਾਲ ਆਉਂਦੀ ਹੈ, ਪੈਸੇ ਨਾਲ ਤਾਂ ਨਹੀਂ? ਨਹੀਂ ਪੈਸੇ ਨਾਲ ਨਹੀਂ ਜੀ, ਪੈਸੇ ਤਾਂ ਹੁਣ ਤੁਹਾਨੂੰ ਦੱਸੀ ਆ ਨਾ, ਮੈਂ ਇੰਦਗੜ ਅਗਲੇ ਨੇ ਢੇਰੀ ਲਾਤੀ ਸੀ, ਕਹਿੰਦਾ ਵੀ ਚੱਕ ਬੋਲ ਕਿੰਨੇ ਚੱਕਣੇ ਆ, ਕਹਿੰਦਾ ਚੱਕ ਲਾ। ਮੈਂ ਕਿਹਾ ਵਿੱਚ ਨਹੀਂ, ਸਰਦਾਰ ਦੇ ਬੰਦੇ ਸੀ। ਫਿਰ ਮੈਂ ਉਹ ਬਾਈ ਪੰਮੀ ਨੂੰ ਵੀ ਦੱਸਿਆ, ਮੈਂ ਕਿਹਾ ਵੀ ਐਂ ਕਰਕੇ ਕੋਈ ਬੰਦੇ ਆਏ ਸੀ, ਉਹ ਕਹਿੰਦਾ ਵੀ ਆਏ ਸੀਗੇ। ਠੀਕ, ਹਾਂ ਬਾਕੀ ਜਦੋਂ ਬਈ ਉਹ ਕਹਿੰਦਾ ਪਹਿਲਾਂ ਮੇਰੇ ਕੋਲੇ ਆਏ ਸੀਗੇ ਬੰਦੇ ਉਹ। ਅੱਛਾ, ਉਹ ਕਹਿੰਦੇ ਵੀ ਤੇਰੇ ਵਾਲੀ ਬਲੱਡ ਲਾਈਨ ਚੋਂ ਆਪਾਂ ਬੱਚਾ ਲੈਣਾ ਕੋਈ। ਉਹ ਕਹਿੰਦਾ ਵੀ ਕੋਈ ਆਪਣੇ ਕੋਲ ਤਾਂ ਕੋਈ ਏਰੀਏ ਚ ਹੈ ਨਹੀਂ ਗਾ ਕੋਈ, ਇੱਥੇ ਵੀ ਸਭ ਰੁਕੇ ਹੋਏ ਜਿੱਥੇ ਜਿੱਥੇ ਬੱਚੇ ਦਿੱਤੇ ਹੋਏ, ਵੇਚਣ ਵਾਲੇ ਥਾਂ ਤਾਂ ਕੋਈ ਦਿੱਤਾ ਹੀ ਨਹੀਂ ਗਾ। ਅੱਛਾ, ਵੀ ਤੁਹਾਨੂੰ ਬੱਚੇ ਦੀ ਮਿਹਨਤ ਕਰਨੀ ਪਊਗੀ ਵੀ ਬੱਚਾ ਲੈ ਲਓ ਭਾਈ। ਉਹ ਕਹਿੰਦੇ ਪਾਲਿਆ ਵਾਲਾ ਜਿਵੇਂ ਤੁਸੀਂ ਕੀਤੀ ਹੈ। ਹਾਂਜੀ 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 ਹਾਂਜੀ, ਬਹੁਤ ਘੱਟ ਬੰਦੇ ਤਿਆਰ ਹੁੰਦੇ ਆ ਬੱਚੇ, ਵੀ ਚੰਗੇ ਤੋਂ ਚੰਗੇ ਲੈ ਲੈਂਦੇ ਆ ਹਨਾ। ਸਾਥੋਂ ਕੋਈ ਬੱਚਾ ਲੈ ਗਿਆ ਸੀਗਾ, ਅੱਛਾ ਉੱਥੇ ਹੈਗਾ ਤੁਹਾਨੂੰ ਦਿਖਾਉਣੇ ਆ, 10 ਦਿਨਾਂ ਬਾਅਦ ਬੱਚਾ ਵਾਪਸ ਆ ਗਿਆ। ਅੱਛਾ, ਲੈ ਗਿਆ ਵੀ ਹੁਣ ਐ ਤੁਹਾਨੂੰ ਆ ਵੀ ਅੱਜ ਹੀ ਆਪਾਂ ਕਹਿ ਦਈਏ ਵੀ ਆਪਣਾ ਨਾਮ, ਇਹ ਸਹੀ ਗੱਲ ਆ, ਪੁੱਤਾਂ ਵਾਂਗੂ ਪਾਲਣੇ ਪੈਂਦੇ ਆ ਬੱਚੇ। ਹਾਂਜੀ, ਐ ਥੋੜਾ ਵੀ ਆਪਣਾ ਅੱਜ ਹੀ 2 ਦਿਨਾਂ ਚ ਨਾਮ ਬਣ ਜੇ। ਹੁਣ ਕੇ ਕਹਿੰਦਾ ਬਾਈ ਯਾਰ ਇਹ ਤਾਂ ਖਾਂਦਾ ਹੀ ਵਾਲਾ ਹੈਗਾ, ਇਹ ਤਾਂ ਹਜੇ ਬੱਚਾ ਹੈਗਾ, ਜਦੋਂ ਭੋਗ ਬਣ ਗਿਆ ਉਦੋਂ ਤੁਹਾਨੂੰ ਪਤਾ ਲੱਗੂਗਾ ਕੀ ਕਰਦਾ। ਇਹਨੇ ਵੀ ਪੱਠਾ ਪੁੱਠਾ ਵੀ ਆਈਆਂ ਹੈਗਾ ਜੀ, ਉੱਥੇ ਦਿਖਾਉਣਾ, ਤੁਹਾਨੂੰ ਹੋਰ ਦਿਖਾਵਾਂਗੇ। ਤੇ ਬਾਈ ਦਾ ਨੰਬਰ ਚੱਲ ਰਿਹਾ ਬਾਈ, ਸੰਪਰਕ ਜ਼ਰੂਰ ਕਰਿਓ, ਹੌਸਲਾ ਵਧਾਇਓ ਬਾਈ ਦਾ ਹਨਾ। ਬਾਕੀ ਜਦੋਂ ਅੱਗੇ ਬੱਚੇ ਆਉਣਗੇ ਬਾਈ, ਬੱਚੇ ਸੇਲ ਕਰਦਾ, ਜਿਹੋ ਜਿਹੀ ਕੁਆਲਿਟੀ ਦਾ ਤੁਸੀਂ ਰੇਟ ਭਰੋਗੇ ਉਹੋ ਜਿਹਾ ਬੱਚਾ ਤੁਹਾਨੂੰ ਮਿਲ ਜੂਗਾ। ਬਾਕੀ ਜਿਹੜਾ ਇਹ ਬੱਕਰੇ ਦਾ ਰਿਜ਼ਲਟ ਆ ਤੁਹਾਨੂੰ ਵੀਡੀਓ 'ਚ ਦਿਖਾਇਆ, ਆਹ ਤੁਸੀਂ ਦੇਖ ਲਓ ਕਿੰਨਾ ਲੰਮਾ ਬੱਚਾ ਹਨਾ, ਬਹੁਤ ਵਧੀਆ। ਇਹਦਾ ਨਾਮ ਮੋਦੀ ਆ ਜੀ, ਮੋਦੀ, ਇਹਦਾ ਨਾਮ ਮੋਦੀ। ਹਾਂ, ਪਰਮਾਤਮਾ ਇਹਦੀ ਉਮਰ ਲਾਵੇ ਵਧੀਆ, ਬਹੁਤ ਸੋਹਣੇ ਜਾਨਵਰ। ਉਹਦਾ ਨਾਮ, ਉਹਦਾ ਨਾਮ ਰੈਂਬੋ ਰੱਖਿਆ ਵਾ, ਰੈਂਬੋ ਤੇ ਮੋਦੀ ਲੈ ਬਣ ਕੇ। ਲਓ ਬਈ, ਬਹੁਤ ਵਧੀਆ ਬਾਈ, ਖੁਸ਼ੀ ਹੋਈ ਹਨਾ ਬੱਚੇ ਦੇਖ ਕੇ ਜਾਨਵਰ। ਤੇ ਨੰਬਰ ਬਾਈ ਦਾ ਦਿੱਤਾ ਹੋਇਆ, ਸੰਪਰਕ ਕਰ ਲਿਓ। ਸੈਦੋ ਕੇ ਬਲੱਡ ਲਾਈਨ ਦੇ ਜਾਨਵਰ ਆ ਬਾਈ ਕੋਲੇ, ਬਹੁਤ ਜ਼ਿਆਦਾ ਸੋਹਣੇ ਆ। ਆਹ ਨਾਂ ਰੱਖਿਆ ਦਾ ਰੈਂਬੋ, ਇਹਦਾ ਨਾਂ ਰੈਂਬੋ ਆ ਜੀ। ਲਓ ਜੀ, ਆਹ ਰੈਂਬੋ ਆ,
ਇਹ ਦੋਨੇ ਬੱਚੇ ਬਾਈ ਨੇ ਰੱਖੇ ਹੋਏ ਆ। ਜਿਹੜੇ ਤਿੰਨ ਬੱਚੇ ਸੇਲ ਵਾਸਤੇ ਦਿਖਾਏ ਆ ਉਹਨਾਂ 'ਚ ਤੁਸੀਂ ਕੋਈ ਵੀ ਬੱਚਾ ਖਰੀਦ ਸਕਦੇ ਹੋ। ਜਿਵੇਂ ਬਾਈ ਪੰਮਾ ਕਹਿੰਦਾ ਹੁੰਦਾ ਵੀ ਤਿਆਰ ਹੋਣ ਦੀ ਗਰੰਟੀ ਹੁੰਦੀ ਹੈ ਜਾਨਵਰਾਂ ਦੀ। ਹਾਂਜੀ ਹਾਂਜੀ ਠੀਕ ਆ ਬਾਈ ਚਣੇ, ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦੇਣ ਦੇ ਲਈ।